ਅਮਰੀਕ ਸਿੰਘ ਰੋਡ ਟੈਕਸੀ ਸਟੈਂਡ ਬਠਿੰਡਾ ਜੀ। ਸੋ ਅੱਜ ਰੋਜ਼ ਗਾਰਡਨ ਜੋਗਰ ਪਾਰਕ ਦੇ ਵਿੱਚ ਸਾਡੇ ਅਲੱਗ ਅਲੱਗ ਸਟੈਂਡਾਂ ਤੋਂ ਬਠਿੰਡਾ ਜ਼ਿਲ੍ਹਾ ਦੇ ਵੀਰ ਪ੍ਰਧਾਨ ਸਾਹਿਬ ਆਪੋ ਆਪਣੀਆਂ ਟੀਮਾਂ ਲੈ ਕੇ ਪਹੁੰਚੇ ਜੀ, ਜਿਹਦੇ ਵਿੱਚ ਕੁਝ ਅਹਿਮ ਮੁੱਦਿਆਂ ਵਾਸਤੇ ਸਾਡੀਆਂ ਮੀਟਿੰਗਾਂ ਹੋਈਆਂ ਜੀ। ਕੁਛ ਪੰਜਾਬ ਟੈਕਸੀ ਯੂਨੀਅਨ ਦੇ ਮੁੱਦੇ ਸੀਗੇ ਜੀ, ਸਾਡੇ ਪੰਜਾਬ ਪ੍ਰਧਾਨ ਕੇਵਲ ਕ੍ਰਿਸ਼ਨ ਬੱਤਰਾ ਜੀ ਉਹਨਾਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਕਿ ਹਰੇਕ ਭਰਾ ਦੀ ਮਦਦ ਕੀਤੀ ਜਾਂਦੀ ਹੈ ਪੰਜਾਬ ਟੈਕਸੀ ਯੂਨੀਅਨ ਦੇ ਵਿੱਚ, ਚਾਹੇ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ। ਆਲ ਪੰਜਾਬ ਦੇ ਵਿੱਚ ਇਹ ਇੱਕ ਮੁਹਿੰਮ ਚਲਾਈ ਗਈ ਹੈ ਤਾਂ ਜੋ ਕਿਸੇ ਵੀ ਵੀਰ ਨੂੰ ਕਿਸੇ ਸ਼ਹਿਰ 'ਚ ਕਿਸੇ ਜ਼ਿਲ੍ਹੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਸਦੀ ਮਦਦ ਹੋ ਸਕੇ। ਇਹਦੇ ਵਿੱਚ ਕਿਸੇ ਵੀਰ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ, ਫ੍ਰੀ ਖਾਤੇ 'ਚ ਹੋ ਰਹੀ ਹੈ ਜੀ ਇਹ ਮਦਦ ਹੋ ਰਹੀ ਹੈ। ਬਾਕੀ ਸਾਡੇ ਕੁਝ ਬਠਿੰਡਾ ਜ਼ਿਲ੍ਹਾ ਦੇ ਮੁੱਦੇ ਆ ਜਿਹੜੀਆਂ ਕੁਛ ਗੱਡੀਆਂ ਪਿੱਕ ਡਰੋਪ ਵਾਲੇ ਆ ਜੀ, ਉਹ ਆਪਣਾ ਆਪਾਂ ਬੰਦ ਕਰਾਉਣ ਵਾਸਤੇ ਕੁਛ ਜਿਹੜੀਆਂ ਬਾਹਰ ਦੀਆਂ ਗੱਡੀਆਂ ਆ ਰਹੀਆਂ ਜਾਂ ਸਕੂਲ ਵੈਨਾਂ ਆ ਰਹੀਆਂ ਨੇ ਉਹਨਾਂ ਵਾਸਤੇ ਸਾਡੇ ਹਰੇਕ ਜ਼ਿਲ੍ਹੇ ਦੇ ਸਟੈਂਡ ਦੇ ਪ੍ਰਧਾਨ ਸਾਹਿਬ ਬਠਿੰਡੇ ਦੇ ਇਕੱਠੇ ਹੋਏ ਨੇ ਜੀ। ਉਹਨਾਂ ਸੰਬੰਧੀ ਇੱਕ ਮੀਟਿੰਗ ਹੋਈ ਹੈ, ਇੱਕ ਜਾਇਜ਼ਾ ਲਿਆ ਗਿਆ, ਇਹਦੇ ਵਿੱਚ ਇੱਕ ਮੰਗ ਪੱਤਰ ਵੀ ਦਿੱਤਾ ਜਾਏਗਾ SSP ਸਾਹਿਬ ਨੂੰ ਇਕੱਠੇ ਹੋ ਕੇ ਕਿ ਅਸੀਂ ਸਾਨੂੰ ਜੀ ਬਾਹਰ ਦੀਆਂ ਗੱਡੀਆਂ ਤੋਂ ਆਹ ਪਰੇਸ਼ਾਨੀ ਆ ਰਹੀ ਹੈ ਜੀ, ਆਹ ਦਿੱਕਤ ਆ ਰਹੀ ਹੈ ਜੀ। ਸੋ ਜਿੰਨੇ ਵੀ ਅੱਜ ਇੱਥੇ ਪੰਜਾਬ ਟੈਕਸੀ ਯੂਨੀਅਨ ਤੋਂ ਬਿਨਾਂ ਕੋਈ ਹੋਰ ਵੀਰ ਪਹੁੰਚੇ ਨੇ ਅਲੱਗ ਅਲੱਗ ਸਟੈਂਡਾਂ ਤੋਂ, ਗੋਲਡਿੱਗੀ ਸਟੈਂਡ, ਭਾਈ ਭਗਤੂ ਜੀ ਸਟੈਂਡ, ਮੈਂ ਕਈ ਸਟੈਂਡਾਂ ਦੇ ਇਸ ਟਾਈਮ ਨਾਮ ਨਹੀਂ ਲੈ ਸਕਦਾ, ਨਾਮ ਲਵਾਂਗੇ ਤਾਂ ਕਾਫੀ 15-20 ਸਟੈਂਡ ਹੈ ਜੀ। ਸੋ ਜਿੰਨੇ ਵੀ ਸਟੈਂਡ ਵਾਲੇ ਪਹੁੰਚੇ ਤਹਿ ਦਿਲੋਂ ਪ੍ਰਧਾਨ ਸਾਹਿਬ ਦਾ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਕਾਬਲ ਸਿੰਘ ਬਠਿੰਡਾ ਜੀ।